ਇਹ ਮੇਰੀ ਜਿਹੜੀ ਵੀਡੀਓ ਆ ਜੋ ਕਿ ਜਲੰਧਰ ਦਾ ਪ੍ਰਸ਼ਾਸਨ DSP SHO ASI ਜਿਨ੍ਹਾਂ ਨੇ ਵੀ ਇਹ ਕਾਰਵਾਈ ਸਾਂਭੀ ਹੈ ਅਤੇ ਖਾਸ ਕਰਕੇ ਕੁੱਲੜ ਪੀਜੇ ਵਾਲਿਆਂ ਨੂੰ ਸਾਡਾ ਸੁਨੇਹਾ ਲਾ ਦਿਓ ਵੀ ਭਾਈ ਅਸੀਂ ਕੱਲ੍ਹ ਨੂੰ 11:30 ਉੱਥੇ ਆ ਰਹੇ ਹਾਂ ਸਾਡੇ ਨਾਲ ਬਹਿ ਕੇ ਰਾਬਤਾ ਕਰ ਲਓ ਗੱਲ ਬਹੁਤੀ ਲੰਮੀ ਨਾ ਪਾਓ ਕਿਉਂਕਿ ਜਿੰਨੀ ਲੰਮੀ ਪਊਗੀ ਉਨਾ ਅਸੀਂ ਬਹੁਤੀ ਗੱਲ ਨੂੰ ਲਮਕਾਓ ਨਾ ਅਤੇ ਨਾ ਇਸ ਗੱਲ ਨੂੰ ਜ਼ਿਆਦਾ ਵਧਾਓ ਇਹਦੇ 'ਚ ਤੁਹਾਡਾ ਫਾਇਦਾ ਬਾਕੀ ਭਾਈ ਅਸੀਂ ਨਾ ਕਿਸੇ ਨੂੰ ਡਰਾਉਣ ਨਾ ਕਿਸੇ ਨੂੰ ਧਮਕਾਉਣ ਅਤੇ ਨਾ ਕਿਸੇ ਨੂੰ ਕੁੱਟਣ ਮਾਰਨ ਵਾਸਤੇ ਆ ਰਹੇ ਹਾਂ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਜੋ ਖਾਲਸੇ ਦਾ ਅਸੂਲ ਆ ਇੱਕ ਵਾਰੀ ਬਹਿ ਕੇ ਆਪਣਾ ਛੋਟਾ ਭਰਾ ਸਮਝ ਕੇ ਉਹਨੂੰ ਸਮਝਾਵਾਂਗੇ ਕਿ ਭਾਈ ਜੋ ਸਾਡੀਆਂ ਮੰਗਾਂ ਵਾ ਉਹ ਪੂਰੀਆਂ ਤੈਨੂੰ ਕਰਨੀਆਂ ਪੈਣੀਆਂ ਬਾਕੀ ਨਾ ਤਾਂ ਸਾਨੂੰ ਕੋਈ ਪੈਸੇ ਦੀ ਲਾਲਚ ਆ ਅਤੇ ਨਾ ਅਸੀਂ ਵਿਕਣ ਵਾਲੇ ਹਾਂ ਅਤੇ ਨਾ ਸਾਨੂੰ ਕੋਈ ਮਾਂ ਦਾ ਪੁੱਤ ਖਰੀਦ ਸਕਦਾ ਕਿਉਂਕਿ ਮੈਨੂੰ ਸਾਰੀ ਇਨਕੁਆਇਰੀ ਮਿਲ ਚੁੱਕੀ ਆ ਵੀ ਬੜੇ ਪੈਸੇ ਦਿੱਤੇ ਤੁਸੀਂ ਲੋਕਾਂ ਨੂੰ ਬਹੁਤ ਵੰਡੇ ਆ ਭਾਈ ਤੁਹਾਡੇ ਕੋਲ ਬਹੁਤ ਪੈਸੇ ਆ ਵਧੀਆ ਗੱਲ ਆ ਪਰ ਅਸੀਂ ਪੈਸਿਆਂ ਨਾਲ ਖਰੀਦੇ ਜਾਣ ਵਾਲੇ ਨਹੀਂ ਹੈਗੇ ਅਸੀਂ ਮੱਝ ਵਾਲੇ ਭਾਊ ਹਾਂ ਠੀਕ ਆ ਬਾਕੀ ਪ੍ਰਸ਼ਾਸਨ ਇਹਨਾਂ ਨੂੰ ਸੱਦ ਲਵੇ ਅਤੇ ਦੂਸਰੀ ਬੇਨਤੀ ਇਹ ਕਰਨੀ ਵੀ ਅਸੀਂ 12:00 ਇੱਥੇ ਪਹੁੰਚ ਹੀ ਜਾਣਾ ਅਤੇ ਬਾਕੀ ਜਿਹੜੀ ਮੈਂ ਦੂਸਰੀ ਬੇਨਤੀ ਲਿਖਾਂ ਕਰਨ ਆਪਣੇ ਭਰਾਵਾਂ ਨੂੰ ਜਿਹੜੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਏ ਸਾਰਿਆਂ ਦੇ ਉਹਨਾਂ ਦਾ ਦਿਲੋਂ ਧੰਨਵਾਦ ਆ ਔਰ 99% ਪੰਜਾਬ ਜਿਹੜਾ ਉਹ ਇਹੋ ਜਿਹੀਆਂ ਵੀਡੀਓ ਤੋਂ ਮੁਕਤੀ ਚਾਹੁੰਦਾ ਕੁਝ 2-4 ਬੰਦੇ ਆ ਜਿਹੜੇ ਚਾਹੁੰਦੇ ਆ ਕਿ ਬਈ ਇਹ ਜਿਹੜਾ ਰੰਗਾ ਰੰਗ ਪ੍ਰੋਗਰਾਮ ਇਹ ਚੱਲਦਾ ਰਹੇ 99% ਲੋਕ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਬਾਈ ਫੋਨ ਬੜੇ ਆ ਰਹੇ ਫੋਨ ਲਾਈ ਜਾਂਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਈ ਨਾ ਲਾਓ ਆਪਾਂ ਬਾਅਦ 'ਚ ਰਾਬਤਾ ਕਰਦੇ ਹਾਂ ਜਿਹੜੀ ਜ਼ਰੂਰੀ ਬੇਨਤੀ ਆ ਉਹ ਪਹਿਲਾਂ ਆਪਾਂ ਕਰ ਦਈਏ ਸੰਗਤ ਨੂੰ ਜਿੰਨੇ ਭੈਣ ਭਰਾ ਉੱਥੇ ਆ ਰਹੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਈ ਕੋਈ ਹੁੱਲੜਬਾਜ਼ੀ ਨਾ ਕਰੇ ਅਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਕਰੇ ਅਤੇ ਬਾਕੀ ਸਹਿਜ ਰੋੜੇ ਨੂੰ ਮੈਂ ਗੱਲ ਕਹਿ ਦੇਣਾ ਚਾਹੁੰਦਾ ਭਾਈ ਵੇਖ ਆਪਾਂ ਤੈਨੂੰ ਪਿਆਰ ਨਾਲ ਕਹਿ ਰਹੇ ਹਾਂ ਵੀ ਸਾਡੇ ਨਾਲ ਬਹਿ ਕੇ ਰਾਬਤਾ ਕਰ ਲਾ ਇਹ ਵੀ ਤੈਨੂੰ ਕਹਿ ਰਹੇ ਹਾਂ ਆਪਣੇ ਭਾਵੇਂ ਬਾਊਂਸਰ ਲੈ ਆ ਭਾਵੇਂ ਪੁਲਿਸ ਪ੍ਰਸ਼ਾਸਨ ਇਕੱਠਾ ਕਰਕੇ ਪੁਲਿਸ ਪ੍ਰਸ਼ਾਸਨ 'ਚ ਬਹਿ ਕੇ ਸਾਡੇ ਨਾਲ ਰਾਬਤਾ ਕਰ ਲਾ ਬਈ ਭਲ ਕੇ ਤੇਰੇ ਕੁੱਲੜ ਪੀਜੇ ਦਾ ਜਾਂ ਤੇਰਾ ਕੋਈ ਨੁਕਸਾਨ ਕਰ ਜੇ ਅਸੀਂ ਉਹਦੇ ਫਿਰ ਜ਼ਿੰਮੇਦਾਰ ਨਹੀਂ ਹਾਂ ਅਸੀਂ ਹੁਣ ਤੈਨੂੰ ਪਿਆਰ ਨਾਲ ਕਹਿਣ ਡੇ ਕਿਉਂਕਿ ਵੇਖ ਮੈਂ ਆਪਣੇ ਆਪ ਦੀ ਗਰੰਟੀ ਦੇ ਸਕਦਾ ਵੀ ਭਾਈ ਮੈਂ ਕੋਈ ਇੱਦਾਂ ਦਾ ਕੰਮ ਨਹੀਂ ਕਰਦਾ ਹਾਂ ਲੇਕਿਨ ਇਹ ਗੱਲ ਮੈਂ ਮਹਾਰਾਜ ਨੂੰ ਹਾਜ਼ਰ ਜਾਣ ਕੇ ਕਹਿੰਦਾ ਵੀ ਜੇ ਤੂੰ ਮਿਲਦਾ ਵਾ ਅਤੇ ਤੇਰੀ ਵਾਲ ਵੀ ਕੋਈ ਵੇਖ ਗਿਆ ਤਾਂ ਯਾਰ ਮਾਰ ਨਾ ਕੀ ਠੀਕ ਹੈ ਮੈਂ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਕਹਿੰਦਾ ਨਾ ਕੋਈ ਕੁੱਟਣਾ ਨਾ ਕੋਈ ਮਾਰਨਾ ਨਾ ਕੋਈ ਮੈਂ ਡਰਾਉਣਾ ਅਤੇ ਵੇਖਾ ਸਾਡੇ ਗੁਰੂ ਨੇ ਆਖਿਆ ਨਾ ਡਰ ਦੇਣਾ ਨਾ ਡਰ ਰੱਖਣਾ ਨਾ ਤੈਨੂੰ ਡਰਾਉਣ ਵਾਸਤੇ ਨਹੀਂ ਤੈਨੂੰ ਸਮਝਾਉਣ ਵਾਸਤੇ ਆ ਰਿਹਾ ਅਤੇ ਮੇਰੀ ਵੀਡੀਓ ਹਰ ਚੈਨਲ ਵਾਲੇ ਨੂੰ ਬੇਨਤੀ ਆ ਕਿ ਭਾਈ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਮੈਂ ਫੋਨ ਨਹੀਂ ਕੀਤਾ ਕਿਉਂਕਿ ਜੇ ਮੈਂ ਫੋਨ ਕਰਦਾ ਉਹਨਾਂ ਕਹਿਣਾ ਸਾਨੂੰ ਧਮਕੀ ਦੇ ਤੀ ਸਾਨੂੰ ਸਿਕਿਉਰਿਟੀ ਦੇ ਦਿਓ ਦੂਸਰੀ ਗੱਲ ਕੁੱਲੜ ਪੀਜੇ ਵਾਲਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਉਹਨਾਂ ਮੰਗ ਕੀਤੀ ਅਕਾਲ ਤਖਤ ਦੇ ਜਥੇਦਾਰ ਤੋਂ ਵੀ ਅਕਾਲ ਤਖਤ ਦਾ ਜਥੇਦਾਰ ਸਾਨੂੰ ਸਜ਼ਾ ਲਾਵੇ ਜੋ ਸਾਡੀ ਗਲਤੀ ਆ ਬਈ ਅਕਾਲ ਤਖਤ ਦੇ ਜਥੇਦਾਰ ਨੇ ਕਿਹੜੇ ਵੇਲੇ ਤੁਹਾਨੂੰ ਕਿਹਾ ਵੀ ਸਿਰਾਂ 'ਤੇ ਪੱਗਾਂ ਬੰਨ ਕੇ ਬੁੜੀਆਂ ਨੰਗੀਆਂ ਕਰਕੇ ਉਹਨਾਂ ਦੀਆਂ ਸੈਕਸੀ ਵੀਡੀਓ ਬਣਾ ਕੇ ਤੁਸੀਂ ਵਾਇਰਲ ਕਰੋ ਤੁਹਾਨੂੰ ਅਕਾਲ ਤਖਤ ਦਾ ਜਥੇਦਾਰ ਇਹ ਅਥਾਰਟੀ ਦਿੰਦਾ ਤੁਹਾਨੂੰ ਅਕਾਲ ਤਖਤ ਦਾ ਜਥੇਦਾਰ ਇਹ ਅਥਾਰਟੀ ਦਿੰਦਾ ਵੀ ਤੁਸੀਂ ਮੂੰਹ 'ਚ ਮੂੰਹ ਪਾਓ ਆਪਣੀਆਂ ਜਨਾਨੀਆਂ ਦੇ ਉੱਤੇ ਸਿਰ 'ਤੇ ਪੱਗਾਂ ਬੰਨ ਕੇ ਤੇਰੇ ਤੋਂ ਬਾਅਦ ਨਾ ਵਾਰੀ ਆ ਰਹੀ ਆ ਨੇਹਾ ਕੱਕੜ ਦੀ ਅਤੇ ਨੇਹਾ ਕੱਕੜ ਨੂੰ ਵੀ ਸੁਨੇਹਾ ਲਾ ਦਿਓ ਬੀਬੀ ਬੰਦਾ ਤੇਰਾ ਅਤੇ ਫਿਰ ਉਹਨੂੰ ਪਰਦੇ 'ਚ ਰੱਖ ਲੋਕਾਂ ਦੇ ਸਾਹਮਣੇ ਕੀ ਮੂੰਹ 'ਚ ਮੂੰਹ ਪਾ ਪਾ ਕੇ ਤੁਸੀਂ ਕੀ ਸਾਬਤ ਕਰਦੇ ਪਏ ਤੁਸੀਂ ਪੰਜਾਬ ਦਾ ਬੇੜਾ ਗਰਕ ਕਰਨ 'ਤੇ ਹੋਏ ਆ ਕੋਈ ਸ਼ਰਮ ਨੂੰ ਹੱਥ ਮਾਰੋ ਕਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਤੁਰ ਪਏ ਆ ਠੀਕ ਆ ਫਿਲਮੀ ਸਟਾਰ ਆ ਜਾਂ ਤੁਸੀਂ ਚੰਗੇ ਸਿੰਗਰ ਆ ਅਤੇ ਚੰਗੀ ਸੋਚ ਵੀ ਰੱਖੋ ਕੀ ਬੱਚਿਆਂ ਨੂੰ ਪਰੋਸ ਕੇ ਦੇ ਰਹੇ ਇਸ ਟਾਈਮ ਪੰਜਾਬ ਦੇ ਅੰਦਰ ਦੋ ਦਰਿਆ ਇਹੋ ਜਿਹੇ ਵਗਦੇ ਆ ਜਿਹੜੇ ਸਾਨੂੰ ਦਿਨ ਬ ਦਿਨ ਜਾੜਨ 'ਤੇ ਲੱਗੇ ਆ ਇੱਕ ਸੈਕਸ ਦਾ ਅਤੇ ਦੂਜਾ ਨਸ਼ੇ ਦਾ ਅਤੇ ਜਿਹੜਾ ਸੈਕਸ ਪੜੋਸ ਰਹੇ ਆ ਉਹ ਕੋਈ ਹੋਰ ਨਹੀਂ ਸਾਡੇ ਆਪਣੇ ਸਰਦਾਰ ਭਰਾ ਜਿਹੜੇ ਉਹ ਵੈਸੇ ਤਾਂ ਅਸਲੀ ਸਰਦਾਰ ਨਹੀਂ ਮੈਂ ਕਹਿ ਸਕਦਾ ਜਿਹੜੇ ਇੱਧਰੋਂ ਉੱਧਰੋਂ ਆ ਕੇ ਸਰਦਾਰ ਬਣੇ ਆ ਉਹ ਸਾਡੀ ਛਵੀ ਨੂੰ ਖਰਾਬ ਕਰਦੇ ਪਏ ਆ ਕਿਉਂਕਿ ਜਿਹੜੇ ਜਿਹਨਾਂ ਨੂੰ ਧੁਰ ਦਰਗਾਹੋਂ ਸਰਦਾਰੀਆਂ ਮਿਲੀਆਂ ਉਹਨਾਂ ਨੂੰ ਸਰਦਾਰੀ ਦੀ ਕਦਰ ਆ ਜਿਹੜੇ ਇੱਧਰੋਂ ਉੱਧਰੋਂ ਧਰਮ ਨੂੰ ਚੇਂਜ ਕਰਕੇ ਬਾਅਦ ਵਿੱਚ ਸਿੱਖ ਬਣੇ ਆ ਨਾ ਉਹ ਅਜੇ ਸਿੱਖਣ ਦੀ ਬਹੁਤ ਲੋੜ ਆ ਉਹਨਾਂ ਨੂੰ ਅਜੇ ਉਹਨਾਂ ਨੂੰ ਬਹਿਣਾ ਚਾਹੀਦਾ ਵਾ ਸਿੱਖੀ ਦੇ ਵਿੱਚ ਵਿਚਰਨਾ ਚਾਹੀਦਾ ਵਾ ਅਤੇ ਫਿਰ ਬਾਈ ਆ ਜਿਹੜੀ ਸਿਰ 'ਤੇ ਸਿੰਘ ਸਾਹਿਬ ਵਾਲੀ ਪੱਗ ਬੰਨ ਕੇ ਇੱਦਾਂ ਦੇ ਕੰਮ ਕਰਾਂਗੇ ਤਾਂ ਬਾਈ ਮੈਂ ਪਿੱਛੇ ਹਟਣ ਵਾਲਾ ਨਹੀਂ ਹੈਗਾ ਅਤੇ ਮੈਂ ਤਾਂ ਬਾਈ ਇਹ ਕੰਮ ਕਿਸੇ ਪਾਸੇ ਲਾ ਕੇ ਫਿਰ ਹੀ ਬੈਠੂੰਗਾ ਮੇਰੇ ਵੱਲੋਂ ਬਾਈ ਜਿਹਨੂੰ ਮਰਜ਼ੀ ਕਹਿ ਦੀ
ਠੀਕ ਆ, ਮੈਂ ਜਿੱਥੇ ਖੜਾ ਉੱਥੇ ਖੜਾ ਹੀ ਹਾਂ, ਲਾਹੌਰ ਦਾ ਦਰਵਾਜ਼ਾ ਕਹਿੰਦੇ ਮੈਨੂੰ, ਅਤੇ ਜਿੱਥੇ ਖਲੋ ਗਿਆ ਪਰ ਮੈਂ ਉੱਥੇ ਖਲੋਤਾ ਹੀ ਹਾਂ। ਅਤੇ ਮੈਨੂੰ ਇੱਕ ਨਹੀਂ, ਮੈਨੂੰ 99% ਪੰਜਾਬ ਦੇ ਲੋਕਾਂ ਦੇ ਫੋਨ ਆਏ ਆ ਵੀ ਇਹ ਜਿਹੜਾ ਕੰਮ ਹੋ ਰਿਹਾ ਇਹਨੂੰ ਬੰਦ ਕਰਨਾ। ਅਤੇ ਬਾਈ ਇਹ ਮਤ ਸੋਚੋ, ਕਈ ਕਹਿੰਦੇ ਨਾ ਵੀ ਵਿਚਾਰਾ ਵਾ ਕਿ ਵਿਚਾਰੇ ਨਾਲ ਧੱਕਾ ਕਰਨ ਡਿਆ, ਅਸੀਂ ਵਿਚਾਰੇ ਨਾਲ ਧੱਕਾ ਨਹੀਂ ਕਰਨ ਡਿਆ, ਅਸੀਂ ਵਿਚਾਰੇ ਦੀ ਆਉਣ ਵਾਲੀ ਜਿਹੜੀ ਨਸਲ ਉਹਨੂੰ ਬਚਾ ਰਹੇ ਹਾਂ। ਛੋਟਾ ਜਿਹਾ ਬੱਚਾ ਉਹਦਾ ਕੀ ਦੱਸੂਗਾ ਭਲ ਕੇ ਲੋਕਾਂ ਨੂੰ ਵੀ ਮੇਰੀ ਮਾਂ ਮੇਰਾ ਪਿਓ ਇੱਦਾਂ ਦੀਆਂ ਵੀਡੀਓ ਪਾਉਂਦੇ ਸੀ, ਅਸੀਂ ਉਹਦੀ ਜ਼ਿੰਦਗੀ ਬਚਾ ਰਹੇ ਹਾਂ। ਬਾਕੀ 5000 ਬੰਦੇ 'ਚੋਂ ਨੇਹਾ ਕੱਕੜ ਵੀ ਆਉਂਦੀ ਹੈ, ਠੀਕ ਆ। ਬਾਕੀ ਯੂਟਿਊਬਰ ਬਹੁਤ ਸਾਰੇ ਆ ਜਿਹੜੀਆਂ ਗੰਦੀਆਂ ਵੀਡੀਓ ਪਾਉਂਦੇ ਆ, ਸਾਰਿਆਂ ਵੱਲ ਸਾਡਾ ਧਿਆਨ ਆ। ਲੇਕਿਨ ਇਕੱਲਾ ਇਕੱਲਾ ਕਰਕੇ ਉਹਨਾਂ ਨੂੰ ਮਿਲਾਂਗੇ, ਇੱਕ ਵਾਰੀ ਪਿਆਰ ਨਾਲ ਸਮਝਾਉਣਾ, ਦੂਜੀ ਵਾਰ ਅਸੀਂ ਪਿਆਰ ਨਾਲ ਨਹੀਂ ਸਮਝਾਉਣਾ। ਸਿੱਧੀ ਗੱਲ, ਡਾਂਗ ਫੇਰਾਂਗੇ, ਭਾਵੇਂ ਸਾਨੂੰ ਇੱਕ ਅੱਧੇ ਨੂੰ ਪਰਚਾ ਕਰਾ ਕੇ ਅੰਦਰ ਜਾਣਾ ਪਿਆ ਤਾਂ ਚੱਲ ਜਾਂਗੇ, ਕੋਈ ਚੱਕਰ ਨਹੀਂ ਆ। ਲੇਕਿਨ ਗੰਦ ਨਹੀਂ ਪੈਣ ਦੇਣਾ, ਠੀਕ ਆ। ਕਿਉਂਕਿ ਜਿਹੜਾ ਪੜਦੇ ਪੋਸ਼ੀ ਦੀਆਂ ਚੀਜ਼ਾਂ ਉਹਨਾਂ ਨੂੰ ਤੁਸੀਂ ਪ੍ਰਗਟ ਕਰਕੇ ਸੰਸਾਰ 'ਤੇ ਤਮਾਸ਼ਾ ਬਣਾ ਰਿਹਾ ਸਾਡਾ, ਯਾਰ ਕੋਈ ਸ਼ਰਮ ਨੂੰ ਹੱਥ ਮਾਰੋ। ਸੋ ਮੇਰੀ ਇਹੋ ਗੱਲ ਸਾਰੇ ਵੀਰ ਭਰਾਵਾਂ ਨੂੰ, ਕੋਈ ਹੁੱਲੜਬਾਜ਼ੀ ਨਾ ਕਰੇ, ਕੋਈ ਵੀ ਨੁਕਸਾਨ ਕਿਸੇ ਦਾ ਨਾ ਕਰੇ, ਆਪਾਂ ਬਹਿ ਕੇ ਇੱਕ ਵਾਰੀ ਉਹਨਾਂ ਨਾਲ ਗੱਲ ਕਰਨੀ। ਜਿੰਨੇ ਵੀ ਭੈਣ ਭਰਾ ਆ ਰਹੇ ਆ ਬਈ, ਸਾਰਿਆਂ ਦਾ ਧੰਨਵਾਦ। ਆਪਾਂ 11:30 ਉੱਥੇ ਮਿਲਦੇ ਘੁੱਲੜ ਪੀਜੇ 'ਤੇ ਆ ਜਾਓ। ਬਾਕੀ ਪੁਲਿਸ ਪ੍ਰਸ਼ਾਸਨ ਨੂੰ ਫਿਰ ਮੈਂ ਕਹਿ ਦਿੰਦਾ, ਮੈਨੂੰ ਫੋਨ ਕਰ ਦਿਓ ਬਈ ਵੀ ਇਹਨਾਂ ਨੂੰ ਤੁਸੀਂ ਦੱਸ ਦਿੱਤਾ, ਇਹਨਾਂ ਨੂੰ ਸੱਦ ਲਿਓ ਅਤੇ ਸੱਦ ਕੇ ਆਪਾਂ ਜਿਹੜਾ ਇੱਕ ਵਾਰੀ ਗੱਲ ਜਿਹੜੀ ਆ ਉਹਨੂੰ ਖਤਮ ਕੀਤਾ ਜਾਵੇ, ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।